ਪਠਾਨਕੋਟ ਦੇ ਵਿੱਚ ਹਾਊਸਿੰਗ ਬੋਰਡ ਕਲੋਨੀ ਦੇ ਵਿੱਚ ਵੱਡੀ ਵਾਰਦਾਤ ਹੋਈ ਹੈ ਜਿੱਥੇ ਕਿ ਨੌਜਵਾਨਾਂ ਵੱਲੋਂ ਇੱਕ ਆਟੋ ਚਾਲਕ ਦਾ ਤੇਜ਼ਧਾਰ ਹਥਿਆਰਾਂ ਦੇ ਨਾਲ ਕਤਲ ਕੀਤਾ ਗਿਆ ਹੈ। ਕਤਲ ਦੀ ਇਹ ਵਾਰਦਾਤ ਸੀਸੀਟੀਵੀ ਕੈਮਰੇ ਵਿੱਚ ਵੀ ਕੈਦ ਹੋਈ ਹੈ, ਜਿਸ ਦੇ ਵਿੱਚ ਸਾਫ਼ ਪਤਾ ਲੱਗਦਾ ਹੈ ਕਿ ਕਿਵੇਂ ਬੇਦਰਦੀ ਦੇ ਨਾਲ ਉਸਦਾ ਕਤਲ ਹੋਇਆ ਹੈ। ਮ੍ਰਿਤਕ ਦੀ ਪਹਿਚਾਣ ਆਟੋ ਚਾਲਕ ਸੰਨੀ ਦੇ ਵਜੋਂ ਹੋਈ ਹੈ, ਜੋ ਕਿ ਹਾਊਸਿੰਗ ਬੋਰਡ ਕਲੋਨੀ ਤੋਂ ਪਠਾਨਕੋਟ ਦੇ ਵਿੱਚ ਰਹਿੰਦਾ ਸੀ। ਇਸ ਸੰਬੰਧੀ ਮ੍ਰਿਤਕ ਦੇ ਭਰਾ ਨੇ ਹੋਰ ਜਾਣਕਾਰੀ ਦਿੱਤੀ ਹੈ। ਗੱਲਬਾਤ ਇਹ ਹੋਈ ਜੀ, ਮੇਰਾ ਭਰਾ ਆਟੋ ਚਲਾਉਂਦਾ ਸੀ, ਜਿਹਦਾ ਨਾਂ ਸੰਨੀ ਲੰਡਾ ਕਰਕੇ ਮਸ਼ਹੂਰ ਆ। ਠੀਕ ਹੈ ਜੀ, ਆਪਣਾ ਮਿਹਨਤ ਕਰਦਾ ਸੀ। ਰਾਤ ਦੇ ਟਾਈਮ 'ਤੇ ਸਵਾਰੀ ਸਵੂਰੀ ਭੁਗਤਾ ਕੇ ਘਰ ਆਇਆ, ਰੋਟੀ ਪਾਣੀ ਖਾ ਕੇ ਘਰੋਂ ਇਹ ਬਾਹਰ ਨੂੰ ਜ਼ਿਲ੍ਹੇ ਗਿਆ, ਅਤੇ ਮੁਹੱਲੇ ਦੇ ਮੁੰਡੇ ਆ ਉਹਨਾਂ ਨੇ ਇਕੱਲੇ ਨੂੰ ਦੇਖ ਕੇ ਇਹ 'ਤੇ ਹਮਲਾ ਕਰਤਾ। ਉਹਨਾਂ ਕੋਲ ਸ਼ਿਫਟ ਕਾਰ ਸੀ, ਕਾਰ ਉਹਨਾਂ ਨੇ ਫਟਾਫਟ ਰੋਕੀ ਆ, ਕਾਰ ਰੋਕ ਕੇ ਫਟਾਫਟ ਦਾਤਰ ਕੱਢੇ, ਸੂਏ ਸੂਏ ਸੀ ਉਹਨਾਂ ਕੋਲ, ਅਤੇ ਉਹਨਾਂ ਨੇ ਮੇਰੇ ਭਰਾ ਨੂੰ ਮਤਲਬ ਬੜੀ ਬੇਰਹਿਮੀ ਦੇ ਨਾਲ ਮਾਰਿਆ। ਅਤੇ ਜਦੋਂ ਸਾਨੂੰ ਪਤਾ ਲੱਗਾ, ਅਸੀਂ ਮੌਕੇ 'ਤੇ ਗਏ ਹਾਂ ਛਡਾਉਣ ਵਾਸਤੇ, ਸਾਨੂੰ ਵੀ ਮਤਲਬ ਕਿ ਉਹ ਬੰਦੇ ਅੱਗੋਂ ਮਾਰਨ ਨੂੰ ਫਿਰਦੇ ਸੀ, ਆਪਾਂ ਆਪ ਆਪਣੀ ਜਾਨ ਬਚਾ ਕੇ ਉੱਥੋਂ ਸਾਈਡ 'ਤੇ ਹੋ ਗਏ। ਕਾਰਨ ਸਰ ਕੋਈ ਨਹੀਂ, ਇੱਦਾਂ ਹੀ ਮਾੜੀ ਮੋਟੀ ਸਵਾਰੀ ਆਟੋ ਚਲਾਉਂਦੇ, ਮਾੜੀ ਮੋਟੀ ਗੱਲਬਾਤ ਹੋਈ ਆ, ਅਤੇ ਕੋਈ ਇੰਨੀ ਵੱਡੀ ਕੋਈ ਰੰਜਿਸ਼ ਨਹੀਂ, ਕੋਈ ਇੱਦਾਂ ਦੀ ਕੋਈ ਦੁਸ਼ਮਣੀ ਨਹੀਂ ਕਿ ਜਿੱਦਾਂ ਕੋਈ ਬੜਾ ਪੁਰਾਣਾ ਸਿਸਟਮ ਚੱਲਦਾ ਬੰਦੇ ਦਾ, ਇਸ ਤਰ੍ਹਾਂ ਦੀ ਕੋਈ ਗੱਲ ਨਹੀਂ। ਮੇਰਾ ਭਰਾ ਮਿਹਨਤ ਕਰਦਾ ਪਿਆ ਜੀ, ਛੋਟੇ ਛੋਟੇ ਉਹਦੇ ਬੱਚੇ। ਵਿਹਲੇ ਸਾਰ ਚਿੱਟਾ ਚੁੱਟਾ ਵੇਚਦੇ ਆ, ਉਹਨਾਂ ਦੇ ਮਾਂ ਪਿਓ ਵੀ ਨਹੀਂ ਉਹਨਾਂ ਨੂੰ ਰੋਕਦੇ, ਵਿਹਲੇ ਰਹਿੰਦੇ ਆ, ਕਦੀ ਆਟੋ ਚਲਾ ਲਿਆ ਕਦੀ ਨਹੀਂ। ਨਹੀਂ ਸਰ, ਐਸੀ ਕੋਈ ਗੱਲ ਨਹੀਂ ਹੋਈ, ਇਹ ਤਾਂ ਜਿੰਨੀਆਂ ਮਰਜ਼ੀ ਖਬਰਾਂ ਲੋਕੀ ਡਾਲ, ਸਲੀਅਤ ਗੱਲ ਇਹੀ ਆ ਕਿ ਆਟੋ ਦੀ ਸਵਾਰੀ ਦੀ ਕੋਈ ਗੱਲਬਾਤ ਮਾੜੀ ਮੋਟੀ ਹੋਈ ਆ, ਇੱਦਾਂ ਬਹਿਸੋ ਬਹਿਸੀ ਹੋਈ ਆ, ਉਸ ਤੋਂ ਬਾਅਦ ਨਾ ਉਹਨੇ ਕੋਈ ਦਿਲ 'ਤੇ ਗੱਲ ਲਈ ਕਿ ਮੈਨੂੰ ਇੱਦਾਂ ਹੋਏਗਾ ਉੱਦਾਂ ਹੋਏਗਾ, ਬਟ ਉਹਨੇ ਮੈਨੂੰ ਇੰਨੀ ਗੱਲ ਦਾ ਮੈਸੇਜ ਜ਼ਰੂਰ ਦਿੱਤਾ ਕਿ ਭਾ ਮੈਂ ਹੁਣ ਸੁਧਰਿਆ, ਮੈਂ ਆਟੋ ਚਲਾਉਂਦਾ, ਮੈਂ ਆਪਣੇ ਕੰਮ ਨਾਲ ਮਤਲਬ ਰੱਖਦਾ, ਮੈਨੂੰ ਆਹ 3-4 ਮੁੰਡੇ ਆ ਜਿਹੜੇ ਮੱਕੀ ਮੈਨੂੰ ਜੀਣ ਨਹੀਂ ਦੇ ਰਹੇ। ਮੇਰੇ ਨਾਲ ਉਹਨੇ ਗੱਲ ਸ਼ੇਅਰ ਕੀਤੀ ਆ, ਉਹਦਾ ਬੇਟਾ ਇੱਥੇ ਆਪਣਾ ਐ ਲਾਗੇ, ਇਹਨੂੰ ਵੀ ਉਹਨੇ ਦੱਸਿਆ, ਇਹ ਭਤੀਜਾ ਮੇਰਾ, ਇਹਨੂੰ ਵੀ ਦੱਸਿਆ ਕਿ ਇਸ ਤਰ੍ਹਾਂ ਗੱਲਬਾਤ ਹੈਗੀ ਆ, ਅਤੇ ਮੈਨੂੰ ਮਤਲਬ ਕਿ ਇਹ ਮਾਰਨ ਨੂੰ ਫਿਰਦੇ ਪਏ ਆ। ਪਠਾਨਕੋਟ ਤੋਂ ਕਮਲ ਰੰਧਾਵਾ ਦੀ ਰਿਪੋਰਟ, ਪੰਜਾਬ ਟੂਡੇ।